ਤੇ ਉੱਥੇ ਗੁਰੂ ਸਾਹਿਬ ਨੇ ਉਹਨੂੰ ਜਦੋਂ ਉਹ ਇਤਿਹਾਸਕਾਰ ਲਿਖਦੇ ਨੇ ਉੱਥੇ ਦੋ ਬੱਕਰੇ ਝਟਕਾਏ ਤੇ ਉਹਦੀਆਂ ਚੀਸਾਂ ਨਿਕਲ ਗਈਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉੱਥੇ ਵੀ ਇਹ ਗੱਲ ਆਖੀ ਸੀ ਕਿ ਮਾਧੋ ਦਾਸ ਬੱਕਰੇ ਤੇ ਜਾਂ ਬੱਕਰੀਆਂ ਵੱਡੀਆਂ ਜਾਣ ਤਾਂ ਇੰਨੀਆਂ ਅੰਦਰੋਂ ਆਤਮਾ ਕੰਬ ਜਾਂਦੀਆਂ ਨੇ ਤੇ ਜਿਹੜੇ ਆਮ ਲੋਕਾਂ ਦਾ ਕਤਲੇਆਮ ਹੋ ਰਿਹਾ ਸ਼ਿਕਾਰ ਹੋ ਰਿਹਾ ਲਗਾਤਾਰ ਧਰਤੀ ਨੂੰ ਖੂਨ ਨਾਲ ਲਬਰੇਜ਼ ਕਰਤਾ ਗਿਆ ਉੱਥੇ ਤੂੰ ਕਿਉਂ ਨਹੀਂ ਉਤਰਿਆ ਇੱਥੇ ਤੂੰ ਆ ਕੇ ਅੱਗ ਬਬੂਲਾ ਹੁੰਦਾ ਮੱਥੇ ਤੇ ਤਿਉੜੀਆਂ ਆਉਂਦੀਆਂ ਨੇ ਕੀ ਇਹ ਜੋਸ਼ ਉੱਥੇ ਆ ਸਕਦਾ ਉੱਥੇ ਡੋਲ ਫੜਕ ਸਕਦੇ ਨੇ ਤੂੰ ਔਰੰਗਜ਼ੇਬ ਤੇ ਵਜ਼ੀਰ ਖਾਨ ਦੇ ਸਾਹਮਣੇ ਅੱਖਾਂ 'ਚ ਅੱਖਾਂ ਮਿਲਾ ਕੇ ਗੱਲ ਕਰ ਸਕਦਾ ਸੋ ਇਹ ਗੁਰੂ ਸਾਹਿਬ ਨੇ ਹਲੂਣਾ ਦਿੱਤਾ ਤੇ ਬਹਾਦਰ ਬਣਾ ਕੇ ਤੋਰਿਆ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਰਨਾ ਚਾਹੁੰਦਾ ਅੱਜ ਉਹੀ ਬਹਾਦਰਾਂ ਦੀ ਕੌਮ ਫਿਰ ਬੈਰਾਗੀ ਪੈਦਾ ਕਰਨ ਤੇ ਤੁਲੀ ਹੋਈ ਹੈ ਬੈਰਾਗੀਆਂ ਨੇ ਤੇ ਅੱਗੇ ਉਹ ਛੁੱਪ ਕੇ ਪਰਬਤਾਂ ਤੇ ਰਾਤਾਂ ਕੱਟੀਆਂ ਤੇ ਗੁਰੂ ਨੇ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਉਹਨਾਂ ਨੂੰ ਭੋਰਿਆਂ ਚੋਂ ਕੱਢ ਕਰ ਬਾਹਰ ਲਿਆਂਦਾ ਉਹਨਾਂ ਦੀਆਂ ਹੱਥਾਂ ਚੋਂ ਮਾਲਾ ਖੋਹ ਕੇ ਸੁੱਟ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਲਿਆਂਦੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਗੁਰੂ ਨੇ ਪੈਨ ਫੜਾਏ ਭਾਈ ਗੁਰਦਾਸ ਵਰਗੇ ਪੈਦਾ ਹੋਏ ਕਲਮਾਂ ਫੜਾਈਆਂ ਉਹਨਾਂ ਹੱਥਾਂ 'ਚ ਕਿਰਪਾਨਾਂ ਫੜਾਈਆਂ ਉਹਨਾਂ ਹੱਥਾਂ ਦੇ ਵਿੱਚ ਹੀ ਇਨਸਾਫ਼ ਦੀ ਤਕੜੀ ਫੜਾਈ ਤੇ ਅੱਜ ਸਾਡੇ ਉਹ ਲੋਕ ਫਿਰ ਉਹਨਾਂ ਬੈਰਾਗੀਆਂ ਨੂੰ ਮੱਥੇ ਟੇਕ ਟੇਕ ਕੇ ਉਦਾਸੀਆਂ ਸੰਪਰਦਾਇਆਂ ਤੇ ਤਿਆਗੀਆਂ ਜਿਹੜੇ ਤਿਆਗੀ ਕਹਿੰਦੇ ਨੇ ਆਪਣੇ ਆਪ ਨੂੰ ਲੱਖਾਂ ਤੇ ਕਰੋੜਾਂ ਦੇ ਲੋਕ ਬਿਜ਼ਨਸਮੈਨ ਅੱਜ ਛੁੱਪ ਕੇ ਨਹੀਂ ਬੈਠੇ ਅੱਜ ਪੰਜਾਬ 'ਤੇ ਭੀੜ ਬਣੀ ਪਈ ਹੈ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਕਿ ਅੱਜ ਪੰਜਾਬ ਦਾ ਜਿਹੜਾ ਹੁਕਮਰਾਨ ਹੈ ਉਹਨੇ ਤੁਹਾਡੇ ਬੱਚਿਆਂ ਦੇ ਹੱਥ 'ਤੇ ਨਸ਼ਾ ਰੱਖ ਕੇ ਇੱਕ ਘੱਲੂਕਾਰਾ ਵਰਤਾਇਆ ਸਦੀ ਦੇ ਵਿੱਚ ਪਿਛਲੇ ਹੁਕਮਰਾਨਾਂ ਨੇ ਘੱਲੂਕਾਰੇ ਵਰਤਾਏ ਘੱਲੂਕਾਰੇ ਦਾ ਮਤਲਬ ਹੁੰਦਾ ਨਸਲ ਕੁਸ਼ੀ ਹਾਂਜੀ 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 1746 'ਚ ਨਸਲ ਕੁਸ਼ੀ ਦਾ ਫਰਮਾਨ ਜਾਰੀ ਹੋਇਆ ਬਾਬੇ ਨਾਨਕ ਦੀ ਨਸਲ ਨਹੀਂ ਮੁੱਕੀ ਨਹੀਂ ਮੁੱਕੀ ਠੀਕ ਹੈ ਜੀ 1762 'ਚ ਨਸਲ ਕੁਸ਼ੀ ਦਾ ਫਰਮਾਨ ਹੋਇਆ ਕੌਮ ਦਾ ਘਾਣ ਬਹੁਤ ਹੋਇਆ ਇੱਕ ਇੱਕ ਦਿਨ ਦੇ ਵਿੱਚ 10-10, 15,000 ਨੌਜਵਾਨ ਕਤਲ ਹੋਇਆ ਪਰ ਨਸਲ ਨਹੀਂ ਮੁੱਕੀ ਬਾਬੇ ਨਾਨਕ ਦੇ ਘਰੋਂ 47 'ਚ ਹੋਇਆ 84 'ਚ ਫਰਮਾਨ ਹੋਇਆ ਉਹ ਸਮਾਂ ਬੀਤ ਗਿਆ ਸਰੀਰਕ ਤੌਰ 'ਤੇ ਉਹਨਾਂ ਨੇ ਨਸਲ ਕੁਸ਼ੀ ਦੇ ਫਰਮਾਨ ਕੀਤੇ ਪਰ ਸਾਡੀ ਨਸਲ ਨਹੀਂ ਖਤਮ ਹੋਈ ਪਰ ਅੱਜ ਦੀ ਹੁਕਮਰਾਨ ਸਿਰ 'ਤੇ ਪੱਗਾਂ ਧਾਰਨ ਕਰਨ ਵਾਲੀ ਅਤੇ ਚਿੱਟੇ ਦਾੜੇ ਅਤੇ ਗਾਤਰਿਆਂ ਵਾਲੀ ਅੱਜ ਉਹਦੇ ਹੱਥੋਂ ਜਿਹੜਾ ਪੰਜਾਬ 'ਚ ਘੱਲੂਕਾਰਾ ਵਰਤਿਆ ਉਹ ਕਿੱਡਾ ਖਤਰਨਾਕ ਹੈ ਜਿਹੜਾ ਸਾਊਂਡਲੈਸ ਹੈ ਜਿੱਥੇ ਬਿਲਡਿੰਗਾਂ ਨਹੀਂ ਡਿੱਗਦੀਆਂ ਜਿੱਥੇ ਘਰਾਂ 'ਚ ਕੇਵਲ ਵੈਣ ਪੈਂਦੇ ਨੇ ਅਤੇ ਲਾਸ਼ਾਂ ਘਰੋਂ 'ਚੋਂ ਉੱਠਦੀਆਂ ਨੇ ਠੀਕ ਹੈ ਜੀ ਅਤੇ ਉਹ ਦਿਖਾਈ ਨਹੀਂ ਦਿੱਤੀਆਂ ਕਿ ਇਹ ਘੱਲੂਕਾਰਾ ਆਮ ਨੌਜਵਾਨ ਦੀ ਤਲੀ 'ਤੇ ਨਸ਼ਾ ਰੱਖ ਕੇ ਹਾਂਜੀ ਅੱਜ ਪੰਜਾਬ ਜੇ ਕਿਸੇ ਨੂੰ ਦੱਸੋ ਕਿ ਉਹ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ ਸਾਡਾ ਆਪਣਾ ਖੇਤਰ ਅਤੇ ਲੋਕ ਉਹਨੂੰ ਇਸ ਤਰ੍ਹਾਂ ਯਾਦ ਕਰਦੇ ਨੇ ਅੱਛਾ ਉਹ ਚਿੱਟਾ ਜਿੱਥੇ ਮਿਲਦਾ